ਸਤਿ ਸ਼੍ਰੀ ਅਕਾਲ ਨਮਸਤੇ ਸਲਾਮਵਾਲੀਕੁਮ ਯਾਦਿੰਦਰ ਸਿੰਘ ਬਰਾੜ ਵੱਲੋਂ ਜੀ। ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਜ਼ਿਆਦਾ ਬਾਰਿਸ਼ ਕਾਰਨ ਜਰਮਨ, ਬੈਲਜੀਅਮ, ਲਗਜ਼ਮਬਰਗ, ਨੀਦਰਲੈਂਡ ਦੇ ਕੁਛ ਏਰੀਏ ਜਿਹੜੇ ਆ ਉੱਥੇ ਹੜ੍ਹ ਆ ਗਏ ਨੇ। ਹੜ੍ਹ ਆਉਣ ਦੇ ਕਾਰਨ ਕਰਕੇ ਜਿਹੜੇ 40 ਲੋਕਾਂ ਦੀ ਮੌਤ ਹੋ ਚੁੱਕੀ ਆ ਅਤੇ ਕਾਫੀ ਲੋਕ ਜਿਹੜੇ ਆ ਲਾਪਤਾ, ਅਤੇ ਹਜੇ ਵੀ ਜਿਹੜੇ ਆ ਲੋਕ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਨੇ। ਪੋਂਪੀਅਰ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਅਤੇ ਹੋਰ ਵੀ ਜਿਹੜੇ ਹੈਲਪ ਕਰਦੇ ਨੇ ਲੋਕਾਂ ਦੀ ਉਹ ਲੱਗੇ ਹੋਏ ਨੇ ਇਸ ਆਪਰੇਸ਼ਨ ਦੇ ਵਿੱਚ। ਉਹਨਾਂ ਏਰੀਆ ਦੇ ਵਿੱਚ ਜਿੱਥੇ ਹੜ੍ਹ ਆਏ ਨੇ ਇੰਟਰਨੈੱਟ, ਟੈਲੀਫੋਨ ਸਭ ਕੁਛ ਬੰਦ ਹੋ ਚੁੱਕੇ ਆ। 112 ਨੰਬਰ ਦੀ ਜਿਹੜੀ ਸੇਵਾ ਆ ਉਹ ਵੀ ਜਿਹੜੀ ਆ ਨੋਟ ਰੀਚੇਬਲ ਆ ਰਹੀ ਆ। ਕਾਫੀ ਲੋਕਾਂ ਨੂੰ ਘਰ ਦੀਆਂ ਛੱਤਾਂ ਤੋਂ ਜਿਹੜਾ ਉਤਾਰਿਆ ਗਿਆ ਵੀ ਘਰ ਦੀਆਂ ਛੱਤਾਂ 'ਤੇ ਉਹ ਚੜ੍ਹ ਗਏ ਸੀਗੇ ਵੀ ਮੀਂਹ ਦੇ ਪਾਣੀ ਤੋਂ ਬਚਣ ਵਾਸਤੇ, ਵੀ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਘਰਾਂ ਦੇ ਵਿੱਚ ਵੜ ਗਿਆ ਸੀਗਾ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀ ਘਰਾਂ ਦੀਆਂ ਜਿਹੜੀਆਂ ਬਾਹਰ ਗੱਡੀਆਂ ਖੜ੍ਹੀਆਂ ਸੀਗੀਆਂ, ਗੱਡੀਆਂ ਵੀ ਸਾਰੀਆਂ ਜਿਹੜੀਆਂ ਕਿ ਹੜ੍ਹ ਦੇ ਵਿੱਚ ਹੀ ਰੁੜ ਗਈਆਂ। ਤਕਰੀਬਨ 1700 ਤੋਂ ਵੱਧ ਲੋਕਾਂ ਦੀ ਜਿਹੜੀ ਆ ਟੀਮ ਲੱਗੀ ਹੋਈ ਆ ਲੋਕਾਂ ਦੀ ਹੈਲਪ ਵਾਸਤੇ, ਅਤੇ ਹਜੇ ਵੀ ਜਿਹੜੀ ਕਿ ਲੋਕਾਂ ਦੀ ਭਾਲ ਜਾ ਰਹੀ ਆ ਜਿਹੜੇ ਲੋਕ ਲਾਪਤਾ ਹੋਏ ਨੇ। ਫਰਾਂਸ ਦੇ 9 ਡਿਪਾਰਟਮੈਂਟਾਂ ਦੇ ਵਿੱਚ ਵੀ ਅਲਰਟ ਜਿਹੜਾ ਕਿ ਚੱਲ ਰਿਹਾ ਆ ਤੇਜ਼ ਬਾਰਿਸ਼ ਦਾ। ਸਮੁੰਦਰ ਦੇ ਕੰਢੇ ਵਾਲੇ ਜਿਹੜੇ ਏਰੀਏ ਅਤੇ ਉਹਨਾਂ ਏਰੀਆ ਦੇ ਵਿੱਚ ਸਿਕਿਉਰਿਟੀ ਜਿਹੜੀ ਆ ਵਧਾ ਦਿੱਤੀ ਗਈ ਆ ਵੀ ਲੋਕਾਂ ਨੂੰ ਆਸੇ ਪਾਸੇ ਕਰ ਦਿੱਤਾ ਗਿਆ ਆ ਵੀ ਉਹ ਜਿਹੜੇ ਏਰੀਏ ਆ ਉੱਥੇ ਵੀ ਇਹੀ ਹਾਲਾਤ ਹੋ ਸਕਦੇ ਨੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਅੱਜ ਬਾਰਿਸ਼ ਜ਼ਿਆਦਾ ਹੋਣ ਦੇ ਕਾਰਨ ਹੋਏ ਨੇ। ਫਰਾਂਸ ਦੇ ਵਿੱਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ। ਜੋ ਵੀ ਪ੍ਰੈਜ਼ੀਡੈਂਟ ਮੈਨੂਅਲ ਮੈਕਰੋਂ ਵੱਲੋਂ ਸੋਮਵਾਰ ਨੂੰ ਨਵੇਂ ਐਲਾਨ ਕੀਤੇ ਗਏ ਨੇ ਉਹਨਾਂ ਐਲਾਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਨਾ ਖੁਸ਼ ਨੇ। ਪੈਰਿਸ, ਲਿਓਨ, ਮੋਪਰਲੀਏ, ਮਾਰਸਾਈ ਅਤੇ ਹੋਰ ਵੀ ਪੈਰਿਸ ਦੇ, ਫਰਾਂਸ ਦੇ ਕਾਫੀ ਏਰੀਆ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਪ੍ਰੋਟੈਸਟ ਜਿਹੜਾ ਕਿ ਕੀਤਾ ਗਿਆ। ਜ਼ਿਆਦਾਤਰ ਪ੍ਰੋਟੈਸਟ ਦੇ ਵਿੱਚ ਯਾਨੀ ਕਿ ਰੋਸ ਪ੍ਰਦਰਸ਼ਨ ਦੇ ਵਿੱਚ ਨੌਜਵਾਨ ਸੀ। ਉਹਨਾਂ ਦਾ ਕਹਿਣਾ ਹੈ ਕਿ ਜੋ ਪ੍ਰੈਜ਼ੀਡੈਂਟ ਨੇ ਬਿਆਨ ਦਿੱਤਾ ਕਿ ਵੈਕਸੀਨ ਸਭ ਲਈ ਜ਼ਰੂਰੀ ਆ, ਵੀ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਵੀ ਸਾਨੂੰ ਗੌਰਮੈਂਟ ਮਜਬੂਰ ਕਰ ਰਹੀ ਆ ਵੈਕਸੀਨ ਲਗਵਾਉਣ ਵਾਸਤੇ, ਅਸੀਂ ਵੈਕਸੀਨ ਨਹੀਂ ਲਗਵਾਉਣੀ ਚਾਹੁੰਦੇ ਕਿਉਂਕਿ ਅਸੀਂ ਆਜ਼ਾਦ ਹਾਂ, ਇੱਕ ਆਜ਼ਾਦ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਡੇ ਉੱਪਰ ਸਾਡੇ ਨਾਲ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਪੁਲਿਸ ਵੱਲੋਂ ਕਾਫੀ ਜਗ੍ਹਾ ਗੈਸ ਵੀ ਸੁੱਟੀ ਗਈ, ਅਥਰੂ ਗੈਸ ਜਿਹੜੀ ਹੁੰਦੀ ਆ ਵੀ ਲੋਕਾਂ ਦਾ ਇਕੱਠ ਇੰਨਾ ਜ਼ਿਆਦਾ ਵੱਧ ਰਿਹਾ ਸੀਗਾ ਅਤੇ ਕਾਫੀ ਲੋਕ ਜਿਹੜੇ ਕਿ ਗ੍ਰਿਫਤਾਰ ਵੀ ਹੋਏ ਨੇ। ਪਹਿਲੀ ਵਾਰੀ ਹੋਇਆ ਕਿ ਪ੍ਰੈਜ਼ੀਡੈਂਟ ਮੈਨੂਅਲ ਮੈਕਰੋਂ ਦੇ ਬਿਆਨ ਤੋਂ ਬਾਅਦ ਵੀ ਕਾਫੀ ਜਗ੍ਹਾ ਨੁਕਸਾਨ ਜਿਹੜਾ ਕਿ ਹੋਇਆ ਨੇ ਅਤੇ ਲੋਕ ਨਾ ਖੁਸ਼ ਨੇ, ਅਤੇ ਉੱਥੇ ਕਾਫੀ ਲੋਕ ਜਿਹੜੇ ਆ ਰੰਦੇਵੂਆਂ ਵੀ ਲੈ ਰਹੇ ਨੇ ਅਤੇ ਕਾਫੀ ਲੋਕ ਜਿਹੜੇ ਆ ਉਹ ਇਸ ਕਰਕੇ ਕਹਿ ਰਹੇ ਨੇ ਕਿ ਸਾਨੂੰ ਮਜਬੂਰ ਕੀਤਾ ਜਾ ਰਿਹਾ ਆ ਕਿ ਸਾਨੂੰ ਰੈਸਟੋਰੈਂਟਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਖਾਣਾ ਖਾਣ ਵਾਸਤੇ, ਜਾਂ ਹੋਰ ਜਿੱਥੇ ਵੀ ਆ ਵੀ ਉੱਥੇ ਵੀ ਸਾਨੂੰ ਨਹੀਂ ਵੜਨ ਦਿੱਤਾ ਜਾਵੇਗਾ। ਕਾਫੀ ਗੱਲਾਂ ਸਾਹਮਣੇ ਆ ਰਹੀਆਂ ਨੇ। ਇੱਕ ਨੌਜਵਾਨ ਦਾ ਕਹਿਣਾ ਸੀ ਵੀ ਉਸਦਾ ਜਿਹੜਾ ਕੰਮ ਜਿੱਥੇ ਕੰਮ ਕਰਦਾ, ਜਿਹੜੀ ਉਹ ਸੁਸਾਇਟੀ ਦੇ ਵਿੱਚ ਅੰਤਰਫਰੀਜ਼ ਦੇ ਵਿੱਚ, ਉੱਥੇ ਉਸਦੇ ਮਾਲਕ ਨੇ ਕਿਹਾ ਹੈ ਕਿ ਜੇ ਤੇਰੇ ਵੈਕਸੀਨ ਲੱਗੀ ਹੈ ਤੂੰ ਕੰਮ 'ਤੇ ਆ ਜਾ, ਜੇਕਰ ਤੂੰ ਨਹੀਂ ਲਵਾਉਣੀ ਤਾਂ ਤੈਨੂੰ ਕੰਮ ਤੋਂ ਜਵਾਬ ਆ, ਮੈਂ ਤੇਰੇ ਕਰਕੇ ਰਿਸਕ ਨਹੀਂ ਲੈ ਸਕਦਾ। ਕਿਉਂਕਿ ਜਿੱਦਾਂ ਤੁਹਾਨੂੰ ਪਿਛਲੀਆਂ ਖਬਰਾਂ 'ਚ ਦੱਸਿਆ ਸੀ ਕਿ ਕੰਟਰੋਲ ਇਸ ਚੀਜ਼ ਦਾ ਹੋਣਾ ਜ਼ਰੂਰੀ ਆ ਵੀ ਲੋਕਾਂ ਨੂੰ ਮਜਬੂਰ ਕਰ ਦੇਣਾ ਆ ਕਿ ਹਰ ਇੱਕ ਦੇ ਵੈਕਸੀਨ ਲੱਗੀ ਹੋਵੇ। ਬਬੀਨੀ ਦੇ ਵਿੱਚ 3 ਸਾਲਾ ਬੱਚੇ ਦੀ ਮੌਤ ਹੋ ਗਈ। ਬਿਲਡਿੰਗ ਦੀ 4th ਮੰਜ਼ਿਲ 'ਤੇ ਰਹਿੰਦੇ ਸੀਗੇ ਸਾਰਾ ਪਰਿਵਾਰ ਅਤੇ ਬੱਚੇ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਬੱਚੇ ਨੇ ਤਾਕੀ ਖੋਲ੍ਹ ਕੇ ਮਜ਼ਾਕ ਦੇ ਵਿੱਚ ਬੱਚੇ ਨੇ ਤਾਕੀ 'ਚੋਂ ਬਾਹਰ ਛਾਲ ਮਾਰ ਦਿੱਤੀ ਅਤੇ ਥੱਲੇ ਡਿੱਗਣ ਦੇ ਨਾਲ ਉਸੇ ਵਕਤ ਬੱਚੇ ਦੀ ਜਿਹੜੀ ਹੈ ਕਿ ਮੌਤ ਹੋ ਗਈ। 3 ਦਿਨ ਦੇ ਵਿੱਚ 3 ਮਿਲੀਅਨ ਲੋਕਾਂ ਨੇ ਜਿਹੜੀਆਂ ਕਿ ਰੰਦੇਵੂਆਂ ਲਈਆਂ ਨੇ ਡਾਕਟਰ ਲਿਬ ਐਪਲੀਕੇਸ਼ਨ ਤੋਂ ਵੈਕਸੀਨ ਲਗਵਾਉਣ ਵਾਸਤੇ, ਅਤੇ ਉੱਥੇ ਲੋਕ ਜਿਹੜੇ ਹੈਗੇ ਪ੍ਰੋਟੈਸਟ ਵੀ ਜਿਹੜੇ ਕਰ ਰਹੇ ਆ। ਫਰਾਂਸ ਦੇ ਆਊਟ ਪੈਰਿਸ ਏਰੀਏ ਪੈਂਦੇ ਆ ਜੀ ਨੀਮ ਅਤੇ ਆਰਐਨ, ਉੱਥੇ 21 ਜੁਲਾਈ ਤੋਂ ਜਿਹੜਾ ਪਾਸ ਸੈਨੀਟੇਰ ਆ ਉਹ ਜ਼ਰੂਰੀ ਕਰ ਦੇਣਾ ਆ। ਉੱਥੇ ਕਿਸੇ ਵੀ ਰੈਸਟੋਰੈਂਟ ਵਾਲੇ ਨੇ ਐਂਟਰੀ ਨਹੀਂ ਦੇਣੀ ਬਿਨਾਂ ਪਾਸ ਤੋਂ, ਅਤੇ ਕਿਸੇ ਵੀ ਸਟੋਰ ਨੇ ਉੱਥੇ ਲੋਕਾਂ ਨੂੰ ਜਿਹੜੀ ਕਿ ਐਂਟਰੀ ਨਹੀਂ ਦੇਣੀ ਬਿਨਾਂ ਪਾਸ ਤੋਂ, ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਆ। ਜੇਕਰ ਕਿਸੇ ਦੇ ਪਹਿਲੀ ਡੋਜ਼ ਲੱਗੀ ਆ ਉਹਨੂੰ ਐਂਟਰੀ ਮਿਲੂਗੀ, ਪਰ ਉਹਦੇ ਕੋਲ ਦੂਜੀ ਡੋਜ਼ ਦੀ ਰੰਦੇਵੂ ਵਾਲਾ ਸਲਿੱਪ ਹੋਣੀ ਚਾਹੀਦੀ ਆ ਕਿ ਮੇਰੀ 9 ਤਰੀਕ ਨੂੰ ਦੂਸਰੀ ਡੋਜ਼ ਦੀ ਰੰਦੇਵੂ ਆ, ਜਾਂ ਉਹਨਾਂ ਕੋਲ PCR ਟੈਸਟ ਹੋਣਾ ਚਾਹੀਦਾ ਆ ਜਾਂ ਐਂਟੀਜੈਨਿਕ ਟੈਸਟ ਹੋਵੇ। ਕਿਉਂਕਿ
ਆਰਨ ਅਤੇ ਨੀਮ ਜਿਹੜੇ ਆ ਇਹ ਟੂਰਿਸਟ ਏਰੀਆ 'ਤੇ ਲੋਕ ਘੁੰਮਣ ਫਿਰਨ ਬਹੁਤ ਆਉਂਦੇ ਆ, ਇਸ ਕਰਕੇ ਇਹਨਾਂ ਨੇ ਆਪਣੇ ਬਚਾਅ ਵਾਸਤੇ ਜਿਹੜਾ ਕਿ ਸਿਸਟਮ ਸ਼ੁਰੂ ਕੀਤਾ ਅਤੇ 21 ਜੁਲਾਈ ਤੋਂ ਸਾਰੇ ਹੀ ਕਮਰਸਾਂ ਵਾਲਿਆਂ ਨੂੰ ਗੌਰਮੈਂਟ ਵੱਲੋਂ ਹੀ ਹਦਾਇਤ ਆ ਕਿ ਪਾਸ ਸੈਨੀਟਾਇਰ ਦਾ ਕੰਟਰੋਲ ਤੁਸੀਂ ਆਪ ਕਰਨਾ ਆ। ਅਤੇ ਕਾਫੀ ਕਮਰਸਾਂ ਵਾਲੇ ਇਸ ਚੀਜ਼ ਦੇ ਉੱਪਰ ਕਹਿ ਰਹੇ ਕਿ ਲੋਕ ਜਿਹੜੇ ਆ ਕਿ ਲੜਨਗੇ, ਕਮਰਸਾਂ ਦੇ ਨਾਲ ਲੜਾਈ ਝਗੜੇ ਬਹੁਤ ਜ਼ਿਆਦਾ ਵਧਣਗੇ ਜੇਕਰ ਕਿਸੇ ਤੋਂ ਪਾਸ ਪੁੱਛਣਗੇ ਵੀ ਤੇਰੇ ਕੋਲ ਹੈਗਾ ਜਾਂ ਕਿਸੇ ਤੋਂ ਵੈਕਸੀਨ ਲਗਵਾਈ ਆ ਜਾਂ ਨਹੀਂ ਲਈ। ਪਰ ਦੇਖਣਾ ਹੋਵੇਗਾ ਵੀ ਕਹਿ ਸਕਦੇ ਆ ਕਿ ਪ੍ਰੈਜ਼ੀਡੈਂਟ ਇਮੈਨੁਅਲ ਮੈਕਰੋਂ ਆਪਣੇ ਜਿਹੜੇ ਬਿਆਨ ਆ ਉਹ ਬਦਲ ਸਕਦੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਐਲਾਨ ਜਿਹੜਾ ਕਿ ਆ ਸਕਦਾ ਆ। ਪਰ ਵੈਕਸੀਨ ਲਗਵਾਉਣੀ ਸਾਰਿਆਂ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਡੈਲਟਾ ਵੇਰੀਐਂਟ ਫਰਾਂਸ ਦੇ ਵਿੱਚ ਫਿਰ ਫੈਲ ਰਿਹਾ ਆ। ਸਪੇਨ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ ਡੈਲਟਾ ਵੇਰੀਐਂਟ ਦੇ, ਉੱਥੇ ਵੀ ਲੋਕਡਾਊਨ ਲੱਗਣ ਦੇ ਚਾਂਸ ਹੋਏ ਨੇ। ਅਤੇ ਜਿਹੜਾ ਇਹ ਸਿਸਟਮ ਸਾਰਾ ਲੋਕਾਂ ਦੀ ਭਲਾਈ ਵਾਸਤੇ ਹੀ ਹੋ ਰਿਹਾ ਆ। ਅਤੇ ਇਹ ਵੀ ਗੱਲ ਇੱਕ ਸਾਹਮਣੇ ਆਈ ਸੀ, ਇੱਕ ਨਿਊਜ਼ ਪੇਪਰ ਵੱਲੋਂ ਲਿਖਿਆ ਗਿਆ ਸੀਗਾ ਕਿ ਤਕਰੀਬਨ 4-5 ਸਾਲ ਇਹ ਵਾਇਰਸ ਦੁਨੀਆ ਤੋਂ ਖਤਮ ਨਹੀਂ ਹੋਣਾ। ਉਸ ਦਾ ਕਾਰਨ ਇਹ ਆ ਵੀ ਕੁਛ ਕੁ ਕੰਟਰੀਆਂ ਜਿਹੜੀਆਂ ਅਮੀਰ ਨੇ, ਜਿਨ੍ਹਾਂ ਕੋਲ 4 ਪੈਸੇ ਹੈਗੇ ਆ, ਉਹ ਆਪਣੇ ਜਿਹੜੇ ਲੋਕ ਨੇ ਉਹਨਾਂ ਦੇ ਵੈਕਸੀਨ ਸਾਰਿਆਂ ਦੇ ਲੱਗ ਜਾਣੀ ਹੈ। ਜਿਹੜੀਆਂ ਗਰੀਬ ਕੰਟਰੀਆਂ ਨੇ ਉੱਥੇ ਵੈਕਸੀਨ ਹਜੇ ਲੱਗਣ ਦੇ ਵਿੱਚ ਦਿੱਕਤ ਆਉਣੀ ਆ ਵੀ ਹੌਲੀ ਹੌਲੀ ਲੋਕਾਂ ਦੇ ਵੈਕਸੀਨ ਲੱਗਣੀ ਆ। ਜੇ ਆਪਾਂ ਸੋਚੀਏ ਆਪਾਂ ਇੰਡੀਆ ਦੇ ਵਿੱਚ ਹੀ ਸੋਚ ਸਕਦੇ ਹਾਂ ਪੰਜਾਬ ਦੇ ਵਿੱਚ ਕਿ ਆਪਣੇ ਪਿੰਡ ਦੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ ਜਾਂ ਕਿੰਨਿਆਂ ਕੁ ਨੇ ਨਹੀਂ ਲਗਵਾ ਲਈ, ਵੀ ਹਜੇ ਤਾਂ ਆਪਣੇ ਘਰਦਿਆਂ ਨੇ ਵੀ ਇੰਡੀਆ ਵੈਕਸੀਨ ਨਹੀਂ ਲਗਵਾਈ। ਹਾਲਾਂਕਿ ਵੈਕਸੀਨ ਲੱਗ ਰਹੀ ਹੈ, ਫ੍ਰੀ ਦੇ ਵਿੱਚ ਵੀ ਲੱਗ ਰਹੀ ਆ, ਪੈਸਿਆਂ ਦੀਆਂ ਵੀ ਲਗਾ ਰਹੇ ਹਾਂ, ਬਸ ਸਿਰਫ ਲੋਕਾਂ ਦੇ ਮਨ ਦੇ ਵਿੱਚ ਡਰ ਆ ਵੀ ਪਤਾ ਨਹੀਂ ਇਸ ਨੂੰ ਲਗਵਾਉਣ ਦੇ ਨਾਲ ਕੀ ਹੋ ਜਾਣਾ, ਵੱਖ ਵੱਖ ਜਿਹੜੀਆਂ ਅਫਵਾਹਾਂ ਨੇ। ਉਸੇ ਤਰੀਕੇ ਨਾਲ ਜਿਹੜੀਆਂ ਦੂਸਰੀਆਂ ਅਰਬ ਕੰਟਰੀਆਂ ਨੇ, ਇਰਾਨ ਹੋ ਗਿਆ, ਬ੍ਰਾਜ਼ੀਲ ਹੋ ਗਈ ਜਾਂ ਹੋਰ ਜਿਹੜੀਆਂ ਕੰਟਰੀਆਂ ਨੇ, ਉਹਨਾਂ ਦੇ ਵਿੱਚ ਵੀ ਤੁਰਕੀ ਵੀ ਜਿਹੜੀ ਵੈਕਸੀਨ ਆ ਬਹੁਤ ਪ੍ਰੋਸੈਸ ਸਲੋ ਆ। ਅਫਰੀਕਾ ਦੀਆਂ ਕੰਟਰੀਆਂ ਦੇ ਵਿੱਚ ਵੀ ਵੈਕਸੀਨ ਦਾ ਪ੍ਰੋਸੈਸ ਜਿਹੜਾ ਬਹੁਤ ਜ਼ਿਆਦਾ ਸਲੋ ਆ, ਕਿਉਂਕਿ ਉਹਨਾਂ ਦੇ ਕੋਲ ਇੰਨੀਆਂ ਡੋਜ਼ਾਂ ਨਹੀਂ ਹੈਗੀਆਂ ਜਿੰਨੀਆਂ ਕੁ ਉਹ ਲਗਾ ਸਕਣ। ਤਕਰੀਬਨ ਯੂਰਪ ਦੇ ਵਿੱਚ ਹਰ ਇੱਕ ਕੰਟਰੀ ਨੇ 35% ਜਿਹੜੀ ਆ ਵੈਕਸੀਨ ਉਹ ਕੰਪਲੀਟ ਕਰ ਦਿੱਤੀ ਗਈ ਆ। ਅਤੇ ਇਹਨਾਂ ਦਾ ਟਾਰਗੇਟ ਆ ਕਿ ਇਸੇ ਸਾਲ ਦੇ ਵਿੱਚ ਵਿੱਚ ਜਿਹੜਾ ਹੈ ਕਿ 60-70% ਜਾਂ 100% ਲੋਕਾਂ ਦੇ ਹੀ ਵੈਕਸੀਨ ਲਗਵਾ ਦਿੱਤੀ ਜਾਵੇ। ਉੱਥੇ ਹੀ ਜਰਮਨ ਤੋਂ ਇੱਕ ਐਲਾਨ ਆਇਆ ਜੀ ਜਰਮਨ ਗੌਰਮੈਂਟ ਵੱਲੋਂ। ਜਰਮਨ ਗੌਰਮੈਂਟ ਨੇ ਮੁਸਲਮਾਨ ਔਰਤਾਂ ਜਿਹੜੀਆਂ ਆਪਣੇ ਸਿਰ ਦੇ ਉੱਪਰ ਸਕਾਪ ਪਾਉਂਦੀਆਂ ਨੇ ਅਤੇ ਉਹਨਾਂ ਦੇ ਉੱਪਰ ਬੈਨ ਕਰ ਦਿੱਤਾ ਗਿਆ ਆ ਵੀ ਕੋਈ ਵੀ ਔਰਤ ਸਿਰ ਦੇ ਉੱਪਰ ਸਕਾਪ ਪਾ ਕੇ ਕਿਸੇ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਸਕਦੀ। ਇਸ ਦਾ ਜਿਹੜਾ ਐਲਾਨ ਆ ਅੱਜ EU ਵੱਲੋਂ ਕੀਤਾ ਗਿਆ ਆ। ਅਤੇ ਕਿਉਂਕਿ ਇੱਕ ਇਹ ਧਾਰਮਿਕ ਚਿੰਨ ਆ ਅਤੇ ਧਾਰਮਿਕ ਚਿੰਨ ਦੇ ਉੱਪਰ ਜਰਮਨ ਵਾਲਿਆਂ ਨੇ ਇਤਰਾਜ਼ ਜਿਤਾਇਆ ਆ। ਵੀਡੀਓ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਵੀਡੀਓ ਸੁਣਨ ਵਾਸਤੇ। ਅਤੇ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਕਰ ਦਿਓ ਅਤੇ ਵੀਡੀਓ ਸ਼ੇਅਰ ਵੀ ਕਰ ਦਿਓ ਵਟਸਐਪ 'ਤੇ ਜਾਂ ਫੇਸਬੁੱਕ 'ਤੇ ਜਿੱਥੇ ਤੁਸੀਂ ਕਰ ਸਕਦੇ ਹੋ। ਧੰਨਵਾਦ ਤੁਹਾਡਾ ਬਹੁਤ ਬਹੁਤ।